गोविंद जी ने इसे तरह उपदेश दिता छकाया अमृत अज दुनिया भर की अनोखी गल संसार दे उत्ते वरत गई। भाई गुरदास साहब जी जेडे के दूजे हुए ने क्योंकि भाई गुरदास साहब दो हुए ने एक जिन्होंने सतगुरां दा पावन स्वरूप लिखिया ते दूसरे भाई गुरदास जी जेडे बाजा वाले सतगुरां दे समय ते हुए ने उन्होंने मुक्त बल के कलम दे नाल लिखिया है कि पीवो पहुल खंड तार होए जन्म सुहेला वाहो वाहो गोविंद सिंह आपे गुरकेला आप जी सरवण करो जिवें बाजा वाला सतगुरु तेरे दा शाह सुआ पातशाह अपने दे तन माही वाहगुरु दे नैना दा नूर पातशाह श्री गुरु गोबिंद सिंह साहब जी महाराज छाके खालसे तो अमृत ते जिवें गोबिंद राय तो गोबिंद सिंह बने ने उस समय दा सीन संगतां दी सेवा दे विच पंथक ढाकी जथा बेनती इउं करो
ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਤੀ ਸੱਚਾ ਮਨ ਵਸਾਇਆ ਹਜ਼ੂਰ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਪੰਜ ਪਿਆਰੇ ਸਹਿਬਾਨ ਜਿਨ੍ਹਾਂ ਨੇ ਆਪਣੇ ਸੀਸ ਭੇਟਾ ਕੀਤੇ ਸਨ ਉਹਨਾਂ ਅੰਮ੍ਰਿਤ ਛਕਾਇਆ ਗਿਆ ਉਹਨਾਂ ਤੋਂ ਬਾਅਦ ਕਹਿੰਦੇ ਨੇ ਕਿ ਪੰਜ ਹੋਰ ਉੱਥੇ ਨੇ ਉਹਨਾਂ ਨੇ ਵੀ ਬੇਨਤੀ ਕੀਤੀ ਸਤਿਗੁਰ ਸਾਡੀ ਵੀ ਸੀਸ ਭੇਟਾ ਪ੍ਰਵਾਨ ਕਰ ਲੈਣੀ ਕਰੋ ਹਜ਼ੂਰ ਸਤਿਗੁਰਾਂ ਨੇ ਆਖਿਆ ਜਿਹੜਾ ਸਮਾਂ ਸੀ ਉਹ ਬੀਤ ਗਿਆ ਹੋਇਆ ਹੈ ਇਹਨਾਂ ਨੇ ਬੇਨਤੀ ਕਰ ਦਿੱਤੀ ਸਤਿਗੁਰੂ ਭਾਵੇਂ ਸਮਾਂ ਬੀਤ ਗਿਆ ਫਿਰ ਵੀ ਕਿਰਪਾ ਕਰਨੀ ਕਰੋ ਹਜ਼ੂਰ ਸਤਿਗੁਰਾਂ ਨੇ ਕਿਰਪਾ ਕੀਤੀ ਉਹਨਾਂ ਨੇ ਹਜ਼ੂਰੀ ਸੇਵਕ ਹੋਣ ਦਾ ਹਜ਼ੂਰੀ ਪਿਆਰੇ ਹੋਣ ਦਾ ਮਾਨ ਬਖਸ਼ਿਸ਼ ਕੀਤਾ ਵਿਦਵਾਨ ਕਹਿੰਦੇ ਨੇ ਕਿ ਸਵਾ ਕੁ 600 ਦੇ ਕਰੀਬ ਹੋਰ ਪਿਆਰੇ ਗੁਰਮੁਖ ਉੱਠੇ ਉਹਨਾਂ ਨੇ ਵੀ ਬੇਨਤੀ ਕਰ ਦਿੱਤੀ ਸਤਿਗੁਰੂ ਜਿਵੇਂ ਪਹਿਲਾਂ ਪੰਜ ਸਿੰਘਾਂ ਨੇ ਆਪਣੇ ਸੀਸ ਭੇਟਾ ਕੀਤੇ ਨੇ ਸਾਡੇ ਵੀ ਭੇਟ ਪ੍ਰਵਾਨ ਕਰੋ ਸਤਿਗੁਰਾਂ ਨੇ ਇਹਨਾਂ ਦੇ ਚਿਹਰਿਆਂ ਨੂੰ ਤੱਕ ਕੇ ਮਨਾਂ ਦੇ ਅਰਮਾਨ ਤੱਕ ਕੇ ਜਜ਼ਬਾਤ ਤੱਕ ਕੇ ਇਹਨਾਂ ਦੇ ਖਿਆਲਾਤ ਤੱਕ ਕੇ ਹਜ਼ੂਰ ਸਤਿਗੁਰਾਂ ਨੇ ਇਹਨਾਂ ਨੂੰ ਅੰਮ੍ਰਿਤ ਆਪਣੇ ਤੇ ਛਕਾਇਆ ਤੇ ਇਹਨਾਂ ਨੇ ਹਜ਼ੂਰੀ ਸੇਵਕ ਹੋਣ ਦਾ ਪਿਆਰੇ ਹੋਣ ਦਾ ਮਾਣ ਬਖਸ਼ਿਸ਼ ਕੀਤਾ ਮੇਰੇ ਹਜ਼ੂਰ ਸਤਿਗੁਰਾਂ ਨੇ ਇੱਡਾ ਵੱਡਾ ਕੌਤ ਕਰਤਾ ਦਿੱਤਾ ਖਿਆਲ ਰੱਖਿਓ ਬਹੁਤ ਸਾਰੇ ਬੋਲ ਲੋਕ ਕਹਿੰਦੇ ਕਰਦੇ ਨੇ ਮਹਾਰਾਜ ਨੇ ਪੰਜ ਸਿਰ ਲੈ ਨੇ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਕਰਦੇ ਨੇ ਪਰ ਮੇਰੇ ਸਤਿਗੁਰਾਂ ਦੀ ਪਾਵਨ ਬਾਣੀ ਇਸ ਗੱਲ ਦਾ ਨਿਵੇੜਾ ਕਰਦੀ ਹੈ ਹਜ਼ੂਰ ਕਹਿੰਦੇ ਨੇ ਪ੍ਰਭਾਵੇ ਵਿਸ਼ਵਾਸ ਤੇ ਰੱਖੇ ਪ੍ਰਭਾਵੇ ਤਾਂ ਹਰ ਗੁਣ ਰੱਖੇ ਤਾਂ ਸਤਿਗੁਰਾਂ ਦੀ ਰਜ਼ਾ ਹੈ ਨਾ ਉਹ ਜੋ ਕੁਝ ਚਾਹੁਣ ਕਰ ਸਕਦੇ ਨੇ ਇਸ ਕਰਕੇ ਸਤਿਗੁਰਾਂ ਨੇ ਪੰਜ ਸੀਸ ਲਏ ਖਾਲਸੇ ਪੰਥ ਨੂੰ ਸਾਜਨਾ ਕੀਤੀ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ ਸਰਬ ਲੋਕ ਗ੍ਰੰਥ ਦੇ ਅੰਦਰ ਕਿ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਖਾਲਸਾ ਅਕਾਲ ਪੁਰਖ ਦੀ ਫੌਜ ਇਹਦਾ ਵੱਡਾ ਵਚਨ ਸਤਿਗੁਰਾਂ ਨੇ ਕੀਤਾ ਤੇ ਇੱਥੇ ਵਚਨ ਕੀਤੇ ਮਹਾਰਾਜ ਨੇ ਬੜਾ ਕੁਝ ਕਹਿਣ ਦਾ ਯਤਨ ਕੀਤਾ ਹੈ ਹਜ਼ੂਰ ਨੇ ਆਖਿਆ ਕਿ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਤੇਰਾ ਮਹਾਰਾਜ ਨੇ ਇੱਥੋਂ ਤੱਕ ਮਤਨ ਕੀਤੇ ਨੇ ਤਾਂ ਕਰਕੇ ਗੁਰੂ ਘਰ ਸਿੱਖ ਆਪਣੇ ਰਹਿ ਨਹੀਂ ਸਕੇ ਹਜ਼ੂਰ ਪਾਤਸ਼ਾਹ ਜੀ ਨੇ ਗੁਰੂ ਕੇ ਪੰਥ ਨੂੰ ਸਾਰਾ ਕੁਝ ਦੇ ਦੇਣ ਦਾ ਯਤਨ ਕੀਤਾ ਹੈ ਦਿੱਤਾ ਸਮਾਂ ਇੱਥੇ ਸਮਾਪਤ ਹੈ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਜਥੇ ਦਾ ਸ਼ਿੰਗਾਰਾ ਸਿੰਘ ਜੀ ਲੋਹੀਆਂ ਜਿਹੜੇ ਕਿ ਇਸ ਇਲਾਕੇ ਦੇ ਨਹੀਂ ਪੂਰੇ ਪੰਥ ਦੇ ਮਾਣ ਤੇ ਸਨਮਾਨ ਵਾਲੇ ਨੇ ਉਹਨਾਂ ਵੱਲੋਂ ਵੀ ਬੇਨਤੀ ਮਾਂ ਪੇਟਾ ਕੀਤੇ ਗਏ ਬੀਬੀ ਬਲਵਿੰਦਰ ਕੌਰ ਜੀ ਖਹਿਰਾ ਜਿਨ੍ਹਾਂ ਦੇ ਢਾਡੀ ਜਥਾ ਦੱਸਦਾ ਉਹ ਬਾਅਦ ਸੇਵਾ ਕਰਨ ਵਾਸਤੇ ਪਹੁੰਚਾ ਉਹਨਾਂ ਵੱਲੋਂ ਵੀ ਮਾਣ ਮਿਲਿਆ ਵੀਰ ਜਗਵਿੰਦਰ ਸਿੰਘ ਜੀ ਜਿਹੜੇ ਤਾਰੇ ਨਗਰ ਵਾਲੇ ਵੱਲ ਦਰੇ ਵਾਲ ਨਗਰ ਤੋਂ ਬਹੁਤ ਸਾਰਾ ਮਾਣ ਰੱਖਾਉਂਦੇ ਨੇ ਉਹਨਾਂ ਵਾਲਾ ਵੱਲੋਂ ਵੀ ਬਹੁਤ ਸਾਰਾ ਮਾਣ ਪੇਟਾ ਕੀਤਾ ਗਿਆ ਗੁਰੂ ਕੀ ਗੁਰਮੁਖ ਸਤਿਗੁਰ ਵੱਲੋਂ ਬੇਅੰਤ ਮਾਇਆ ਪੇਟਾ ਕੀਤੇ ਗਏ ਧੰਨਵਾਦ ਹੈ ਮੈਂ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਰੱਬ ਵਰਗੀਆਂ ਰੂਹਾਂ ਦਾ ਧੰਨਵਾਦ ਜਿਨ੍ਹਾਂ ਵੱਲੋਂ ਇਸ ਮਹਾਨ ਨਗਰੀ ਜਿਹਦਾ ਨਾਮ ਤਾਰਕ ਨਗਰ ਲਿਖਿਆ ਹੋਇਆ ਹੈ ਗ੍ਰੰਥਾਂ ਦੇ ਅੰਦਰ ਉਸ ਨਗਰ ਦੇ ਦਰਸ਼ਨ ਦਾਰ ਕਰਵਾਏ ਨੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਮੈਂ ਨੌਜਵਾਨ ਸਕੱਤਰ ਸਾਹਿਬਾਨ ਵੀਰ ਰਣਜੀਤ ਸਿੰਘ ਜੀ ਜਿਹੜੇ ਕਿ ਇਸ ਨਗਰ ਦੀਆਂ ਸੰਗਤਾਂ ਦੇ ਰੂਹੇ ਰਵਾ ਨੇ ਜਿਨ੍ਹਾਂ ਦੇ ਮਨ ਅੰਦਰ ਪ੍ਰੇਮ ਆਪਣੇ ਨਗਰ ਵਾਸਤੇ ਹੀ ਨਹੀਂ ਆਪਣੇ ਇਲਾਕੇ ਵਾਸਤੇ ਕੁਝ ਕਰਨ ਦਾ ਯਤਨ ਹੈ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਹੁਕਮ ਕਰਕੇ ਸੰਗਤਾਂ ਵੱਲੋਂ ਤੇ ਦਾਸਾਂ ਨੂੰ ਇਸ ਨਗਰ ਦੇ ਦਰਸ਼ਨ ਦਾਰ ਕਰਵਾਏ ਨੇ ਇਹਨੀ ਬੇਨਤੀ ਨੂੰ ਪ੍ਰਵਾਨ ਕਰਨਾ ਬੇਨਤ ਸੇਵਾ ਕਰਦਿਆਂ ਤੋਂ ਬਹੁਤ ਸਾਰੀਆਂ ਗਲਤੀਆਂ ਪੁੱਲਾਂ ਹੋ ਜਾਇਆ ਕਰਦੀਆਂ ਨੇ ਸਾਰੀਆਂ ਸੰਗਤਾਂ ਬਖਸ਼ਣ ਦੇ ਯੋਗ ਨੇ ਤੇ ਉਹ ਸੱਜਣ ਤੀਸੜੀਆਂ ਜੋ ਹੋਵੇ ਸਹਿਬ ਚ ਵੇਲ ਤੇ ਜੇ ਮੈਂ ਧੰਨਵਾਦ ਨਾ ਕਰਾਂ ਸਾਉਣ ਵਾਲੇ ਵੀਰ ਜੀ ਦਾ ਤੇ ਫਿਰ ਗੱਲ ਅਧੂਰੀ ਰਹਿ ਜਾਇਆ ਕਰਦੀ ਹੈ ਸਾਹਿਬ ਸਾਉਣ ਤਾਰਪੁਰ ਵਾਲੇ ਜਿਹੜੇ ਕਿ ਆਪਣੀ ਮਿਸਾਲ ਆਪਣੇ ਮੇਰੇ ਕਹਿਣ ਦੀ ਗੱਲ ਨਹੀਂ ਹੈ ਦੂਰ ਦੂਰ ਤੱਕ ਇਹਨਾਂ ਦੀ ਸਾਉਣ ਦੀ ਵਧੀਆ ਸਰਵਤ ਹੋਣ ਕਰਕੇ ਇਹਨਾਂ ਨੂੰ ਯਾਦ ਕੀਤਾ ਜਾਂਦਾ ਇਹਨਾਂ ਦਾ ਵੀ ਬੜਾ ਬੜਾ ਧੰਨਵਾਦ ਹੈ ਸਤਿਗੁਰੂ ਦੀ ਕਿਰਪਾ ਕਰਨ ਜਿਹਨਾਂ ਦੀ ਸਰਵਤ ਇਸ ਤਰ੍ਹਾਂ ਚੱਲਦੀ ਰਹੇ ਤੇ ਸੰਗਤਾਂ ਇਹਨਾਂ ਦੀ ਸਰਵਤ ਤੋਂ ਲਾਹਾ ਲੈਂਦੇ ਰਹਿਣ ਆਓ ਸਰਵਤ ਸੰਗਤਾਂ ਸੁਲਤਾਨਪੁਰ ਲੋਧੀ ਦਾ ਸੰਦੇਸ਼ ਅਨੰਦਪੁਰ ਸਾਹਿਬ ਦੀ ਫਤਿਹ ਲਿਆਓ ਆਪਣੇ ਰਸਮਾਂ ਦੇ ਉੱਤੇ ਜੋੜੋ ਦੋਵੇਂ ਹੱਥ ਟਿਕਾਓ ਸੀਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪ੍ਰੇਮ ਚ ਆ ਕੇ ਗੱਦ ਕੇ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗਿਆਨੀ ਹਰਜਿੰਦਰ ਸਿੰਘ ਜੀ ਫੱਕਰ ਜਿਨ੍ਹਾਂ ਨੇ ਸੰਗਤਾਂ ਨੂੰ ਗੁਰਜਸ ਨਾਲ ਜੋੜਿਆ ਹੈ ਜਥੇਦਾਰ ਸ਼ਿੰਗਾਰਾ ਸਿੰਘ ਜੀ ਲੋਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਮੇਲੇ ਤੇ ਪਹੁੰਚੇ ਨੇ ਸੋ ਉਹਨਾਂ ਨੂੰ ਅਸੀਂ ਭਾਈ ਮੋਹਤਮ ਸਿੰਘ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਦਾਰੇਵਾਲ ਵੱਲੋਂ ਜੀ ਆਇਆਂ ਆਖਦੇ ਹਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਲੇ ਵਿੱਚ ਪਹੁੰਚੇ ਨੇ ਜਿਹੜੇ ਸੱਜਣਾਂ ਨੇ ਕਲੱਬ ਦੀ ਹੌਸਲਾ ਅਫਜ਼ਾਈ ਕੀਤੀ ਆ ਉਹਨਾਂ ਦੇ ਨਾਂ ਸੁਰਿੰਦਰ ਸਿੰਘ ਜੀਕੇ ਸਨ ਆਫ ਜੀ ਸਿੰਘ ਮਰੋਕ 20,000 ਰੁਪਇਆ ਗੁਲਜਾਰ ਸਿੰਘ ਨਵਾਂ ਪਿੰਡ ਖਾਲੇਵਾਲ 5,000 ਰੁਪਇਆ ਰਘਵੀਰ ਸਿੰਘ ਚਾਲਪੁਰ ਨੀਲੇ ਵਾਲੇ 15,000 ਰੁਪਇਆ ਕੇਵਲ ਸਿੰਘ ਧੰਜੂ ਜਰਮਨ ਵਾਲੇ 11,000 ਰੁਪਇਆ ਸ਼ੰਕਰ ਸਿੰਘ ਮੁੱਤੀ ਸਰਪੰਚ ਸਾਹਿਬ 5,100 ਰੁਪਇਆ ਸੁਰਿੰਦਰ ਸਿੰਘ ਸ਼ਾਹ 5,500 ਰੁਪਇਆ ਰੂੜ ਸਿੰਘ ਮੁੱਤੀ 5,100 ਰੁਪਇਆ ਮਲਕੀਤ ਸਿੰਘ ਮਰੋਕ ਜੂਕੇ 5,100 ਰੁਪਇਆ ਕੇਵਲ ਸਿੰਘ ਟਿੱਬੇ ਵਾਲੇ 5,100 ਰੁਪਇਆ ਰਤਨ ਸਿੰਘ ਜਾਲਫ 5,100 ਰੁਪਇਆ ਸੁਖਦੇਵ ਸਿੰਘ ਲਾਲੀ ਜੂਕੇ ਵਾਲੇ 5,100 ਰੁਪਇਆ
करनैल सिंह आलेवाल तो 5100 रुपया, बलवीर सिंह चीमा 5100 रुपया, मलकीत सिंह शाह 5100 रुपया, करम सिंह तंजू 5100 रुपया, साधु सिंह जीवते सानुक इंद्र सिंह नरोक 5100 रुपया, डॉक्टर तरलोक सिंह जाच 5100 रुपया, जसविंदर सिंह मरोक, मनिंदर सिंह फ्रांस 3600 रुपया, भजन सिंह नंबरदार 3100 रुपया, लखविंदर सिंह जाच 3100 रुपया, जगिंदर सिंह हरीके 3100 रुपया, बलकार सिंह मुत्ती 3500 रुपया, रूट सिंह मरूक आर ए बिजली बोर्ड 3100 रुपया। करनैल सिंह संधा प्रधान भाई मोहन सिंह स्पोर्ट्स क्लब 2100 रुपया, जोरा सिंह धंजू 2100 रुपया, बलवीर सिंह तकिए वाले 2100 रुपया, जथेदार केवल सिंह जज 2100 रुपया, तेजा सिंह पंडोरी वाले 2100 रुपया, अमरीक सिंह 2100 रुपया, मलकीत सिंह नंबरदार 2100 रुपया, रेशम सिंह हरीके 2100 रुपया, अशपाल सिंह जेसीबी वाले 2100 रुपया, बचित्ता सिंह मरूक मनीले वाले 2100 रुपया, सुखदेव सिंह जज 2100 रुपया, अजीत सिंह धंजू साबका प्रधान 2100 रुपया, भजन सिंह जज 2100 रुपया, हरमेल सिंह मरूक 2100 रुपया, करम सिंह जज 2100 रुपया, दीदार सिंह मरूक 2500 रुपया, उजागर सिंह मरूक 2100 रुपया, गुरमेल सिंह मुत्ती 2100 रुपया, बख्शीश सिंह जज 2100 रुपया, दलवीर सिंह जज 1500 रुपया, जगिंदर सिंह जज 1500 रुपया, प्रकाश सिंह तठिए वाले 2500 रुपया, बलवंत सिंह मरूक 2100 रुपया, गुरप्रीत सिंह जीड 2100 रुपया, कुलदीप सिंह रायवाल 2100 रुपया, कृष्ण लाल शर्मा गिद्दरपिंडी वाले 2100 रुपया। इन्हां सज्जनां ने क्लब की हौसलाफजाई की आ, असी भाई मोहन सिंह स्पोर्ट्स क्लब वालों इन्हां दे बहुत बहुत धन्यवादी हाँ। हुण बीबी बलविंदर कौर जी खैरा तक इंटरनेशनल ढाडी जत्था ढाडे सामने संगतां नूं गुरजस नाल जोड़ेगा। वाहेगुरु जी का खालसा, वाहेगुरु जी की फतेह।
ਸਾਰਾ